ਤਦੇ ਸਾਰੇ ਇੰਡੀਆ ਨੇ ਪੂਰਾ ਜ਼ੋਰ ਲਾਤਾ ਕਿ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ ਦੇ ਵਿੱਚ ਫੇਰ ਨਾ ਆਵੇ ਅਤੇ ਸਾਰੇ ਮੁੱਦਿਆਂ ਦੇ ਉੱਤੇ ਆਵਾਜ਼ ਉਠਾਈ ਹੈ ਕਿ ਕਿਹੜੇ ਕਿਹੜੇ ਨਿੱਜਰ ਮਲਕ ਸੁਖਦੂਲ ਸਿੰਘ ਕੈਨੇਡਾ ਦੇ ਵਿੱਚ ਮਾਰੇ ਗਏ, ਅਵਤਾਰ ਸਿੰਘ ਖੰਡਾ ਬਰਤਾਨੀਆ ਦੇ ਵਿੱਚ ਮਾਰਿਆ ਗਿਆ, ਪਰਮਜੀਤ ਸਿੰਘ ਪੰਜਵਾੜ ਅਤੇ ਰੋਡੇ ਪਾਕਿਸਤਾਨ ਦੇ ਵਿੱਚ ਮਾਰੇ ਗਏ, ਜਿਹੜਾ ਦੀਪ ਸਿੰਘ ਸਿੱਧੂ ਹੈ ਹਰਿਆਣੇ 'ਚ ਮਾਰਤਾ, ਮੂਸੇਵਾਲ ਨੂੰ ਪੰਜਾਬ ਦੇ ਵਿੱਚ ਮਾਰਤਾ। ਇਹ ਇੰਟਰਨੈਸ਼ਨਲ ਮੁੱਦਾ ਬਣ ਚੁੱਕਿਆ ਹੈ। ਜਿਹੜੀਆਂ ਇੰਡੀਆ ਦੀਆਂ ਅਖਬਾਰਾਂ ਪ੍ਰੈਸ ਹੈ ਉਹ ਕਹਿੰਦੇ ਹੈ ਕਿ ਇਹ ਮੁੱਦਾ ਕੈਨੇਡਾ ਨੇ ਬਣਾਇਆ ਹੈ, ਕਿਉਂ ਕਰਕੇ ਇਲੈਕਸ਼ਨ ਆ ਰਹੇ ਹੈ। ਪਰ ਹੁਣ ਅਮੈਰੀਕਾ ਨੇ ਵੀ ਕਹਿਤਾ ਕਿ ਜਿਹੜੇ ਬੰਦੇ ਅਸੀਂ ਨਾਮਜ਼ਦ ਕੀਤੇ ਹੈ, ਡੋਇਲ, ਫਿਰ ਗੋਇਲ, ਫਿਰ ਗੁਪਤਾ, ਅਤੇ ਹੈਂ ਜਾਦਵ, ਇਹ ਸਾਰਿਆਂ ਦੀ ਸਾਜਿਸ਼ ਦੇ ਨਾਲ ਕੈਨੇਡਾ ਦੇ ਵਿੱਚ ਵੀ ਸਿੱਖਾਂ ਨੂੰ ਇਹਨਾਂ ਨੇ ਮਰਵਾਇਆ। ਸੋ ਇਹ ਗਵਰਨਮੈਂਟ ਆਫ ਇੰਡੀਆ ਦੀ ਪੋਲਿਸੀ ਹੈ ਜਿਹਦੇ ਬਾਰੇ ਅੱਜ ਕੋਈ ਬੋਲਦਾ ਨਹੀਂ। ਪਰ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਸੀ ਉਦੋਂ ਸਾਰੇ ਪੰਜਾਬ ਦੇ MPਆਂ ਨੇ ਮੈਨੂੰ ਘੇਰ ਲਿਆ ਔਰ ਕਹਿੰਦੇ ਕਿ ਤੂੰ ਬਹੁਤ ਵਧੀਆ ਕੰਮ ਕੀਤਾ। ਪਰ ਉਹ ਕਹਿੰਦੇ ਅਸੀਂ ਨਹੀਂ ਕਰ ਸਕਦੇ, ਕਿਉਂ ਕਰਕੇ ਜਦੋਂ ਕਾਂਗਰਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ, ਫਿਰ BJP ਨੇ ਤਾਰੀਫ ਕੀਤੀ ਸੀ ਕਾਂਗਰਸ ਪਾਰਟੀ ਦੀ। ਵਾਜਪਾਈ ਨੇ ਕਿਹਾ ਸੀ ਇਹ ਦੁਰਗਾ ਮਾਤਾ ਇੰਦਰਾ ਗਾਂਧੀ, ਔਰ ਅਡਵਾਨੀ ਨੇ ਕਿਹਾ ਸੀ 4 ਮਹੀਨੇ ਪਹਿਲਾਂ ਹੋ ਜਾਣਾ। ਫਿਰ ਕਾਂਗਰਸ ਦੇ MP ਮੈਨੂੰ ਕਹਿੰਦੇ ਕਿ ਜੇ ਉਸ ਵੇਲੇ ਇਹ ਕੌਮੀ ਮਸਲਾ ਬਣ ਗਿਆ ਸੀ, BJP ਅਤੇ ਕਾਮਰੇਡ ਵੀ ਸਾਡੇ ਨਾਲ ਆ ਗਏ ਸੀ, ਹੁਣ ਜੇ ਕੌਮੀ ਮਸਲਾ ਅੱਜ ਵੀ ਬਣ ਗਿਆ ਸਿੱਖਾਂ ਨੂੰ ਕਤਲ ਕਰਨ ਦਾ, ਅਸੀਂ ਕੌਮੀ ਮਸਲੇ ਦੇ ਉੱਤੇ ਬੋਲ ਨਹੀਂ ਸਕਦੇ। ਸਾਡੇ ਮੂੰਹ ਬੰਦ ਹੈ, ਪਰ ਅਸੀਂ ਤੁਹਾਡੀ ਤਾਰੀਫ ਕਰਦੇ ਹਾਂ ਕਿ ਤੁਸੀਂ ਪੂਰੇ ਜ਼ੋਰ ਦੇ ਨਾਲ ਪਾਰਲੀਮੈਂਟ ਦੇ ਵਿੱਚ ਗੱਲ ਕਰ ਚੁੱਕੇ ਹੋ। ਤਦੇ ਸਾਰੇ ਇੰਡੀਆ ਨੇ ਪੂਰਾ ਜ਼ੋਰ ਲਾਤਾ ਕਿ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ ਦੇ ਵਿੱਚ ਫੇਰ ਨਾ ਆਵੇ ਅਤੇ ਸਾਰੇ ਮੁੱਦਿਆਂ ਦੇ ਉੱਤੇ ਆਵਾਜ਼ ਉਠਾਈ ਹੈ ਕਿ ਕਿਹੜੇ ਕਿਹੜੇ ਨਿੱਜਰ ਮਲਕ ਸੁਖਦੂਲ ਸਿੰਘ ਕੈਨੇਡਾ ਦੇ ਵਿੱਚ ਮਾਰੇ ਗਏ, ਅਵਤਾਰ ਸਿੰਘ ਖੰਡਾ ਬਰਤਾਨੀਆ ਦੇ ਵਿੱਚ ਮਾਰਿਆ ਗਿਆ, ਪਰਮਜੀਤ ਸਿੰਘ ਪੰਜਵਾੜ ਅਤੇ ਰੋਡੇ ਪਾਕਿਸਤਾਨ ਦੇ ਵਿੱਚ ਮਾਰੇ ਗਏ, ਜਿਹੜਾ ਦੀਪ ਸਿੰਘ ਸਿੱਧੂ ਹੈ ਹਰਿਆਣੇ 'ਚ ਮਾਰਤਾ, ਮੂਸੇਵਾਲ ਨੂੰ ਪੰਜਾਬ ਦੇ ਵਿੱਚ ਮਾਰਤਾ। ਇਹ ਇੰਟਰਨੈਸ਼ਨਲ ਮੁੱਦਾ ਬਣ ਚੁੱਕਿਆ ਹੈ। ਜਿਹੜੀਆਂ ਇੰਡੀਆ ਦੀਆਂ ਅਖਬਾਰਾਂ ਪ੍ਰੈਸ ਹੈ ਉਹ ਕਹਿੰਦੇ ਹੈ ਕਿ ਇਹ ਮੁੱਦਾ ਕੈਨੇਡਾ ਨੇ ਬਣਾਇਆ ਹੈ, ਕਿਉਂ ਕਰਕੇ ਇਲੈਕਸ਼ਨ ਆ ਰਹੇ ਹੈ। ਪਰ ਹੁਣ ਅਮੈਰੀਕਾ ਨੇ ਵੀ ਕਹਿਤਾ ਕਿ ਜਿਹੜੇ ਬੰਦੇ ਅਸੀਂ ਨਾਮਜ਼ਦ ਕੀਤੇ ਹੈ, ਡੋਇਲ, ਫਿਰ ਗੋਇਲ, ਫਿਰ ਗੁਪਤਾ, ਅਤੇ ਹੈਂ ਜਾਦਵ, ਇਹ ਸਾਰਿਆਂ ਦੀ ਸਾਜਿਸ਼ ਦੇ ਨਾਲ ਕੈਨੇਡਾ ਦੇ ਵਿੱਚ ਵੀ ਸਿੱਖਾਂ ਨੂੰ ਇਹਨਾਂ ਨੇ ਮਰਵਾਇਆ। ਸੋ ਇਹ ਗਵਰਨਮੈਂਟ ਆਫ ਇੰਡੀਆ ਦੀ ਪੋਲਿਸੀ ਹੈ ਜਿਹਦੇ ਬਾਰੇ ਅੱਜ ਕੋਈ ਬੋਲਦਾ ਨਹੀਂ। ਪਰ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਸੀ ਉਦੋਂ ਸਾਰੇ ਪੰਜਾਬ ਦੇ MPਆਂ ਨੇ ਮੈਨੂੰ ਘੇਰ ਲਿਆ ਔਰ ਕਹਿੰਦੇ ਕਿ ਤੂੰ ਬਹੁਤ ਵਧੀਆ ਕੰਮ ਕੀਤਾ। ਪਰ ਉਹ ਕਹਿੰਦੇ ਅਸੀਂ ਨਹੀਂ ਕਰ ਸਕਦੇ, ਕਿਉਂ ਕਰਕੇ ਜਦੋਂ ਕਾਂਗਰਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ, ਫਿਰ BJP ਨੇ ਤਾਰੀਫ ਕੀਤੀ ਸੀ ਕਾਂਗਰਸ ਪਾਰਟੀ ਦੀ, ਵਾਜਪਾਈ ਨੇ ਕਿਹਾ ਸੀ ਇਹ ਦੁਰਗਾ ਮਾਤਾ ਇੰਦਰਾ ਗਾਂਧੀ, ਔਰ ਅਡਵਾਨੀ ਨੇ ਕਿਹਾ ਸੀ 4 ਮਹੀਨੇ ਪਹਿਲਾਂ ਹੋ ਜਾਣਾ। ਫਿਰ
ਕਾਂਗਰਸ ਦੇ ਐਮ ਪੀ ਮੈਨੂੰ ਕਹਿੰਦੇ ਕਿ ਜੇ ਉਸ ਵੇਲੇ ਇਹ ਕੌਮੀ ਮਸਲਾ ਬਣ ਗਿਆ ਸੀ, ਬੀਜੇਪੀ ਤੇ ਕਾਮਰੇਡ ਵੀ ਸਾਡੇ ਨਾਲ ਆ ਗਏ ਸੀ, ਹੁਣ ਜੇ ਕੌਮੀ ਮਸਲਾ ਅੱਜ ਵੀ ਬਣ ਗਿਆ ਸਿੱਖਾਂ ਨੂੰ ਕਤਲ ਕਰਨ ਦਾ, ਅਸੀਂ ਕੌਮੀ ਮਸਲੇ ਦੇ ਉੱਤੇ ਬੋਲ ਨਹੀਂ ਸਕਦੇ। ਸਾਡੇ ਮੂੰਹ ਬੰਦ ਹੈ, ਪਰ ਅਸੀਂ ਤੁਹਾਡੀ ਤਾਰੀਫ ਕਰਦੇ ਹਾਂ ਕਿ ਤੁਸੀਂ ਪੂਰੇ ਜ਼ੋਰ ਦੇ ਨਾਲ ਪਾਰਲੀਮੈਂਟ ਦੇ ਵਿੱਚ ਗੱਲ ਕਰ ਚੁੱਕੇ ਹੋ।